और असी आम पब्लिक को भी विश्वास दिलाते हैं कि बिल्कुल सही तरीके जी यूनियन है ये काम करूगी। किसी बंदे भी कोई लोड़ पैंदी है खबरां लवाउण वास्ते तां तुसीं साडे किसी भी मैंबर नूं संपर्क कर सकते हो। पंजाब मीडिया वैब एसोसीएशन दा जखन्ने विखे मीटिंग हुई है जी, जिहदे विच जिहड़ी भी नियुक्तियां होईयां ने जिहड़े अहुदे ने, मैं इक वारी बोल के दस दवां सारे मैंबर साहिबानां नूं अपना अपना जिहड़ा उहनां नूं जिम्मेवारी दित्ती गई है। बाकी पार्टी उहदी इच्छा हुंदी है, कोशिश हुंदी है कि साडी जिहड़ी आ खबर उह वध तों वध चैनल उत्ते नशर होवे, ते वैब चैनल मैं देखिया कि इस दे विच बहुत वड्डी भूमिका अदा कर रहे ने। हाँ जी हेलो, शुक्रिया गुरदीप जी, बहुत बहुत शुक्रिया। इस तो इलावा साढ़े जी लखविंदर ने उन्होंने उसकी एग्जीक्यूटिव मैंबर जी है टीम के भी दिता है, क्योंकि जी जो आप रजिस्टर कराने तो यह टीम के भी मैंबर सारे हो गए। उस तो इलावा सब तो बड़ी जी गल है कि सैकटरी प्रेस सैकटरी जोड़े ने वो साढ़े सत्तू जी ने जो है प्रेस सैकटरी लगाया, तो एक जो बीड़ा चुकया और असी आम पब्लिक को भी विश्वास दिलाते हैं कि बिल्कुल सही तरीके जी यूनियन है ये काम करूंगी। किसी बंदे भी कोई लोड़ पैंदी है खबरां लवाउण वास्ते तां तुसीं साडे किसी भी मैंबर नूं संपर्क कर सकते हो, सारी टीम जी है तुहाडे कोल जरूर पहुँचेगी। आने वाले इलैक्शन दे विच जिहड़ा है ये टीम तुहानूं अगे वधदी दिखाई देवेगी। आम भी तुसीं देख रहे हो कि इस टाइम जी है वैब का जमाना है और वैब टीवी के जिन्हें भी साडे रिपोर्टर ने तुहानूं शहरां दे विच कवर करते दिखाई देणगे। सो असी इक निवेदन करते हैं कि ਤੁਹਾਨੂੰ ਕੋਈ ਵੀ ਖਬਰ ਮਿਲਦੀ ਹੈ ਤਾਂ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ, ਜਿਹੜਾ ਸਾਡੇ ਕਿਸੇ ਵੀ ਪੱਤਰਕਾਰ ਨੂੰ ਜਿਹਨੂੰ ਤੁਸੀਂ ਜਾਣਦੇ ਹੋ ਤੁਸੀਂ ਉਸ ਪੱਤਰਕਾਰ ਨਾਲ ਸੰਪਰਕ ਕਰ ਸਕਦੇ ਹੋ। ਆਪਣੇ ਆਪ ਉਹ ਜਿਹੜਾ ਹੈ ਸਾਡੇ ਜੋ ਕਲੱਬ ਬਣਿਆ ਇਸ ਦੇ ਵਿੱਚ ਆਪਣਾ ਜਿਹੜਾ ਹੈ ਸੰਦੇਸ਼ ਦਊਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡੀ ਜਿਹੜੀ ਕਵਰੇਜ ਹੈ ਤੁਹਾਡਾ ਜੋ ਸੰਦੇਸ਼ ਹੈ ਇਹ ਆਮ ਪਬਲਿਕ ਤੱਕ ਪਹੁੰਚਾਵਾਂਗੇ। ਸੋ ਦੋਸਤੋ ਅੱਜ ਜਿੰਨੇ ਵੀ ਮੇਰੇ ਸਾਥੀ ਉਰੇ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਲਦੀ ਇੱਕ ਹੋਰ ਬੈਠਕ ਦਾ ਜਿਹੜਾ ਹੈ ਆਯੋਜਨ ਕਰਾਂਗੇ। ਉਸਦੇ ਵਿੱਚ ਜੇ ਕੋਈ ਆਪਣਾ ਸਾਥੀ ਰਹਿ ਗਿਆ, ਤੁਹਾਨੂੰ ਲੱਗਦਾ ਕਿ ਸਾਡੇ ਆਪਣ ਦੇ ਵਿੱਚ ਕੋਈ ਸਾਥੀ ਸਾਡਾ ਰਹਿ ਗਿਆ, ਆਪਾਂ ਉਸਨੂੰ ਵੀ ਆਪਣੇ ਕਲੱਬ ਦੇ ਨਾਲ ਜੋੜਾਂਗੇ। ਸੋ ਸੋ ਇਹਦੀ ਹੁਣ ਆਪਣੀ ਮੀਟਿੰਗ ਜਿਹੜੀ ਹੈ ਆਪਾਂ ਇੱਥੇ ਪੰਜਾਬ ਮੀਡੀਆ ਵੈਬ ਐਸੋਸੀਏਸ਼ਨ ਦਾ ਜਖੰਨੇ ਵਿਖੇ ਮੀਟਿੰਗ ਹੋਈ ਹੈ ਜੀ, ਜਿਹਦੇ ਵਿੱਚ ਜਿਹੜੀ ਵੀ ਨਿਯੁਕਤੀਆਂ ਹੋਈਆਂ ਨੇ ਜਿਹੜੇ ਅਹੁਦੇ ਨੇ, ਮੈਂ ਇੱਕ ਵਾਰੀ ਬੋਲ ਕੇ ਦੱਸਦਾ ਵਾਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਆਪਣਾ ਆਪਣਾ ਜਿਹੜਾ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਬਾਖੂਬੀ ਪਤਾ ਲੱਗ ਜੂਗੀ ਜੀ। ਚੇਅਰਮੈਨ ਦੇ ਰੂਪ ਦੇ ਵਿੱਚ ਜੀ ਗੁਰਦੀਪ ਸਿੰਘ ਜੀ ਪੀਟੀਸੀ ਨਿਊਜ਼ ਤੋਂ, ਚੇਅਰਮੈਨ ਦੂਜੇ ਹਰਪ੍ਰੀਤ ਸਿੰਘ ਪ੍ਰਿੰਸ ਜੀ, ਪ੍ਰਧਾਨ ਜੀ ਸਜਿੰਦਰ ਸਿੰਘ ਆਰਟਿਸਟ ਜੀ, ਮੀਤ ਪ੍ਰਧਾਨ, ਪਰਮਜੀਤ ਸਿੰਘ ਧੀਮਾਨ ਜੀ, ਕੁਲਵਿੰਦਰ ਸਿੰਘ ਬੇਦੀ ਜੀ ਸਾਡੇ ਕੈਸ਼ੀਅਰ, ਜਿਹੜੀ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੀ, ਹਰਪ੍ਰੀਤ ਸਿੰਘ ਆਲੂਵਾਲੀਆ, ਮੈਂ ਵੀ ਐਜ਼ ਏ ਸਪੋਕਸਪਰਸਨ, ਪਰਮਿੰਦਰ ਸਿੰਘ ਗਿੱਲ ਸੈਕਟਰੀ, ਸੋਨੀ ਗਿੱਲ ਵਾਈਸ ਪ੍ਰਧਾਨ, ਵਿੱਕੀ ਵਡੇਰਾ ਜੀ ਵਾਈਸ ਪ੍ਰਧਾਨ, ਬੂਟਾ ਲੱਕਰ ਜੀ ਸੈਕਟਰੀ, ਸੁਖਵਿੰਦਰ ਸਿੰਘ ਸਲੌਦੀ ਸੈਕਟਰੀ, ਰਣਦੀਪ ਕੌਰ ਜੀ ਸੈਕਟਰੀ, ਲੇਡੀ ਵਿੰਗ, ਤੰਮਾ ਧੀਮਾਨ ਐਗਜੀਕਿਊਟਿਵ ਮੈਂਬਰ ਹੋ ਜੀ ਤੁਸੀਂ, ਅਤੇ ਆਹ ਤਲਵਿੰਦਰ ਸਿੰਘ ਅਤੇ ਅਮਨ ਤੱਕਰ ਜੀ, ਅਮਨ ਤੱਕਰ ਜੀ ਤੁਸੀਂ ਪ੍ਰੋਪੇਗੰਡਾ ਪਲੱਸ ਤੁਹਾਨੂੰ ਹੈਗੀ ਆ ਵੀ ਸੈਕਿੰਡ ਟੂ ਸਪੋਕਸ ਪਰਸਨ, ਜੇਕਰ ਬਾਈ ਚਾਂਸ ਮੈਂ ਐਬਸੈਂਟ ਆ ਤਾਂ ਤੁਸੀਂ ਇਹ ਜਿਹੜੀ ਜ਼ਿੰਮੇਵਾਰੀ ਹੈ ਜ਼ਰੂਰ ਨਿਭਾਉਣੀ ਹੈ ਜੀ। ਇਹ ਮੈਂਬਰ ਸਾਹਿਬਾਨ ਨੇ ਜੀ ਸਾਡੇ ਜਿਹੜੇ ਜਨਰਲ ਸੈਕਟਰੀ ਜੀ ਰਾਜਕੁਮਾਰ ਮੈਂਡੋ ਜੀ, ਸਾਰੇ ਹੀ ਕਿਸੇ ਵੀ ਤਰ੍ਹਾਂ ਦੀ ਪਹਿਚਾਣ ਦੇ ਮਜ਼ਾਜ ਨਹੀਂ ਹੈਗੇ ਕਿ ਅੱਜ ਖੰਨੇ ਸ਼ਹਿਰ ਦੇ ਲਈ ਅਤੇ ਸਾਰੇ ਜਿਹੜੇ ਸਾਡੇ ਪੰਜਾਬ ਵੈਬ ਐਸੋਸੀਏਸ਼ਨ ਵਾਲਿਆਂ ਦੇ ਲਈ ਨੇ, ਸਾਰਿਆਂ ਦੇ ਲਈ ਇੱਕ ਬਹੁਤ ਵੱਡਾ ਦਿਨ ਹੈ, ਬਹੁਤ ਵੱਡਾ ਦਿਹਾੜਾ ਹੈ। ਇੱਕ ਵਾਰੀ ਤਾੜੀਆਂ ਹੋ ਜਾਣ ਜੀ ਇਹ ਚੀਜ਼ ਦੇ ਔਰਗਨਾਈਜ਼ ਹੋਣ 'ਤੇ, ਤਾਂ ਕਿ ਮੈਨੇਜਮੈਂਟ ਇੱਦਾਂ ਹੀ ਅੱਗੇ ਵੱਧਦੀ ਰਹੇ ਅਤੇ ਆਪਣਾ ਜਿਹੜਾ ਕਲੱਬ ਹੈ ਉਹ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰ ਸਕੇ। ਥੈਂਕ ਯੂ। ਸੋ ਦੋਸਤੋ ਅੱਜ ਮੀਡੀਆ ਦੀ ਆਪਣੀ ਬੈਠਕ ਹੋ ਚੁੱਕੀ, ਜਿਹਦੇ ਸਰਫ ਦੇ ਨਾਲ ਜਿਹੜਾ ਹੈ ਸਾਡੇ ਭਰਾਵਾਂ ਨੂੰ ਜਿਹੜਾ ਹੈ ਚੇਅਰਮੈਨ ਬਣਾਇਆ ਗਿਆ, ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਇਹ ਪੂਰਨ ਦੇਣਗੇ, ਹਾਂਜੀ ਕਲੱਬ ਨੂੰ ਸਹਿਯੋਗ ਦੇਣ ਦੀ ਸਹਿਮਤੀ ਜਿਹੜੀ ਹੈ ਸਾਰੀ ਜਿੰਨੀ ਹੈ ਸਾਨੂੰ ਤੁਸੀਂ ਸਾਰੇ। ਪੰਜਾਬ ਵੈਬ ਮੀਡੀਆ ਐਸੋਸੀਏਸ਼ਨ ਦੀ ਅੱਜ ਦੂਸਰੀ ਮੀਟਿੰਗ ਦੇ ਮੌਕੇ ਮੈਂ ਸਾਰੇ ਪੱਤਰਕਾਰ ਸਾਹਿਬਾਨ ਜੋ ਸਾਡੇ ਮੀਡੀਆ ਰਿਪੋਰਟਰਸ ਨੇ ਉਹਨਾਂ ਨੂੰ ਵਧਾਈ ਦਿੰਦਾ, ਕਿਉਂਕਿ ਅੱਜ ਦੂਸਰੀ ਕਾਮਯਾਬ ਮੀਟਿੰਗ ਹੋ ਜਾ ਰਹੀ ਹੈ ਜਿਸ ਵਿੱਚ ਵੱਖ ਵੱਖ ਚੈਨਲਾਂ ਨਾਲ ਸੰਬੰਧਿਤ ਸਾਡੇ ਪੱਤਰਕਾਰ ਸਾਹਿਬਾਨ ਇੱਥੇ ਪੁੱਜੇ ਨੇ। ਇਹ ਇੱਕ ਬਹੁਤ ਵੱਡੀ ਉਪਲਬਧੀ ਹੈ, ਕਿਉਂਕਿ ਸਮੇਂ ਦੀ ਲੋੜ ਸੀਗੀ ਕਿ ਵੈਬ ਚੈਨਲ ਰਿਪੋਰਟਰਾਂ ਦਾ ਇੱਕ ਪਲੇਟਫਾਰਮ 'ਤੇ ਇਕੱਠਾ ਹੋਣਾ ਬਹੁਤ ਜ਼ਰੂਰੀ ਸੀਗਾ ਅਜੋਕੇ ਸਮੇਂ ਦੇ ਵਿੱਚ, ਜਦੋਂ ਕਿ ਮੁਕਾਬਲੇ ਦਾ ਦੌਰ ਚੱਲ ਰਿਹਾ
प्रिंट मीडिया के नाल नाल दूजे चैनलों की दौड़ भी काफ़ी लगी हुई है। तो हर एक संस्था तो हर एक पोलीटिकल जी है पार्टी वो इच्छा होंगी है, कोशिश होंगी है कि साड़ी जी खबर वो वो तो चैनल उत्ते नशर हो। वैब चैनल मैं देखे है कि इस बहुत वड्डी भूमिका अदा कर रहे हैं। तो वैब चैनलों के रिपोर्टर भी अपनी चंगी जिम्मेवारी नाल तनदेही नाल इन्हां खबरों नूं प्रसारित करते हैं। समाज की कोई भी खबर होवे, क्योंकि जो लोकतंत्र का चौथा पिलर है वो मीडिया है, तो मीडिया ही लोगों के दुख तकलीफों पोलीटिकल खबरों समाजिक संस्थाओं की खबरों जन जन तक दूर दूर तक समाज तक पहुँचाते हैं। तो अपनी वड्डी भूमिका साढ़े वैब चैनल के रिपोर्टर अपनी तनदेही नाल निभा रहे हैं। काफ़ी देर तो देखने में यह भी आया कि वैब चैनल रिपोर्टर के नाल जो पक्षपात का रवैया अपनाया जाता समय समय उत्ते उसनू लैके भी साढ़े वैब चैनल रिपोर्टर कई बार देखे है कि वह अपना दिल सुट देंगे ने, निराश हो जाते हैं। परंतु अज जो खन्ने शहर के असी जिस संस्था बनाई है, जिसका पहला असी नाम खन्ना वैब मीडिया एसोसीएशन बनाया सी, अज असी उन्नू पंजाब वैब मीडिया एसोसीएशन बनाया है ता कि खन्ना पद्धर से ही नहीं इसनों पंजाब पद्धर उत्ते ले आया जा सके। अज जो मीटिंग दे विच वख-वख प्रतिनिधि साढ़े शामिल होए ने, उन्होंने अपने सुझाव पेश किए ने। काबले गौर है कि इन सुझावों के उत्ते सारे ने सहमति का प्रगटावा किया। मैं आस करदा कि साडे सारे चैनल जुड़े हुए वैब मीडिया रिपोर्टर्स पूरी तनदेही नाल काम करनगे। आने वाले दिनों दे विच साडी संस्था जिहड़ी है दिन दुगनी रात चौगनी तरक्की करूगी। इस दे नाल ही मैं वैब मीडिया रिपोर्टर्स नूं इह भी अपील करनी है कि अपनी जदों भी तुसीं जिम्मेवारी निभानी है तो अपनी जिम्मेवारी नूं बड़ी तनदेही नाल निभाओ। खबर का कोई भी प्रसारण करना है, किसी की कोई खबर लगानी है तो एक पक्ष की गल सुन के दूसरे पक्ष की गल सुने बिना कोई अपनी तौर के उत्ते खबर ना लगाओ किसी तरह की मुश्किलों का, ताकि सानू पत्रकारों को सामना ना करना पवे।